ਹਾਂਜੀ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ ਐਕਸਪਲੋਰ ਵਿਦ ਨੀਟੂ 'ਤੇ। ਮੇਰਾ ਨਾਮ ਹੈ ਜੀ ਅਮਨ, ਮੇਰਾ ਨਿਕਨੇਮ ਹੈ ਜੀ ਨੀਟੂ, ਜਿਹਦੇ ਨਾਮ 'ਤੇ ਆਪਾਂ ਇਹ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ। ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ, ਖੁਸ਼ ਹੋਵੋਗੇ, ਆਪਣੀ ਲਾਈਫ ਨੂੰ ਇੰਜੋਏ ਕਰ ਰਹੇ ਹੋਵੋਗੇ। ਵੀਡੀਓ ਦੇ ਥੰਬਨੇਲ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਆਪਣੀ ਵੀਡੀਓ ਦਾ ਟੌਪਿਕ ਕੀ ਆ। ਥੋੜ੍ਹਾ ਜਿਹਾ ਮੈਂ ਬਰੀਫ 'ਚ ਤੁਹਾਨੂੰ ਫਿਰ ਤੋਂ ਦੱਸ ਦਿੰਦਾ ਕਿ ਰੀਸੈਂਟਲੀ ਮੇਰੀ ਐਮਾਜ਼ੋਨ 'ਚ ਪਲੇਸਮੈਂਟ ਹੋਈ ਹੈ। ਐਮਾਜ਼ੋਨ ਕੰਪਨੀ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ, ਅਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਉਹਦੇ ਬਾਰੇ ਕੁਝ ਦੱਸਣ ਦੀ ਲੋੜ ਹੈ। ਅਤੇ ਜਿੱਦਾਂ ਕਿ ਮੇਰੀ ਕੰਪਨੀ 'ਚ ਪਲੇਸਮੈਂਟ ਹੋਈ ਹੈ, ਮੇਰੀ ਜੋਬ ਲੱਗੀ ਹੈ ਜੋ ਕਿ ਇੱਕ ਵਰਕ ਫਰੋਮ ਹੋਮ ਜੋਬ ਹੈ। ਜਦੋਂ ਵਰਕ ਫਰੋਮ ਹੋਮ ਜੋਬ ਹੁੰਦੀ ਆ ਤਾਂ ਐਮਾਜ਼ੋਨ ਵੱਲੋਂ ਉਹ ਆਪਣੇ ਇੰਪਲੋਈ ਦੇ ਘਰ ਇੱਕ ਵੈਲਕਮ ਕਿੱਟ ਸੈਂਡ ਕੀਤੀ ਜਾਂਦੀ ਹੈ, ਵੈਲਕਮ ਕਿੱਟ ਭੇਜੀ ਜਾਂਦੀ ਹੈ, ਪਾਰਸਲ ਕੀਤਾ ਜਾਂਦਾ ਕੁਝ ਸਮਾਨ ਜੋ ਕਿ ਆਪਾਂ ਨੂੰ ਚਾਹੀਦਾ ਹੁੰਦਾ ਕੰਮ ਕਰਨ ਲਈ ਘਰ, ਅਤੇ ਉਹ ਆਪਾਂ ਨੂੰ ਐਮਾਜ਼ੋਨ ਕੰਪਨੀ ਖੁਦ ਹੀ ਪ੍ਰੋਵਾਈਡ ਕਰਦੀ ਆ। ਜੋ ਕਿ ਮੈਨੂੰ 3 ਤੋਂ 4 ਦਿਨ ਪਹਿਲਾਂ ਮਿਲਿਆ, ਪਾਰਸਲ ਮੇਰੇ ਘਰ ਆਏ ਆ, ਜੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬੋਕਸਿਸ ਪਏ ਆ, ਅਤੇ ਇਹ 3 ਬੋਕਸਿਸ ਹੀ ਐਮਾਜ਼ੋਨ ਤੋਂ ਮੈਨੂੰ ਆਏ ਆ ਜਿਨ੍ਹਾਂ ਦੀ ਆਪਾਂ ਕਰਨੀ ਸੀ ਅਨਬੋਕਸਿੰਗ। ਮੈਂ 2-3 ਦਿਨ ਬਿਜ਼ੀ ਸੀ, ਮੈਂ ਅਨਬੋਕਸਿੰਗ ਨਹੀਂ ਕਰ ਸਕਿਆ। ਫਿਰ ਮੈਂ ਜਦ ਅੱਜ ਅਨਬੋਕਸਿੰਗ ਕਰਨ ਲੱਗਿਆ, ਫਿਰ ਮੈਂ ਸੋਚਿਆ ਕਿ ਕਿਉਂ ਨਾ ਇਹਦੀ ਇੱਕ ਵੀਡੀਓ ਬਣਾਈ ਜਾਵੇ, ਇੱਕ ਨਿੱਕਾ ਜਿਹਾ ਵਲੋਗ ਬਣਾਇਆ ਜਾਵੇ, ਅਤੇ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਵੇ, ਤੁਹਾਨੂੰ ਦੱਸਿਆ ਜਾਵੇ ਕਿ ਇਹਦੇ ਵਿੱਚੋਂ ਕੀ ਨਿਕਲਿਆ। ਮੈਨੂੰ ਕੋਈ ਹਜੇ ਫਿਲਹਾਲ ਆਈਡੀਆ ਨਹੀਂ। ਹਾਂ, ਨਿੱਕਾ ਜਿਹਾ ਮੈਨੂੰ ਆਈਡੀਆ ਹੈ ਕਿ ਕੰਪਿਊਟਰ ਸਿਸਟਮ ਹੈ, ਪਰ ਉਹਦੇ ਨਾਲ ਕੀ ਕੁਛ ਹੈ ਕੀ ਨਹੀਂ ਉਹ ਮੈਨੂੰ ਹਜੇ ਕੁਛ ਪਤਾ ਨਹੀਂ। ਮੈਂ ਵੀ ਕਿਉਂਕਿ ਫਸਟ ਟਾਈਮ ਮੈਂ ਅੱਜ ਇਹਦੀ ਅਨਬੋਕਸਿੰਗ ਕਰਨੀ ਹੈ, ਮੈਨੂੰ ਕੋਈ ਆਈਡੀਆ ਨਹੀਂ ਇਹਦੇ ਵਿੱਚ ਕੀ ਹੈ, ਅਤੇ ਅੱਜ ਆਪਾਂ ਇਹਦੀ ਅਨਬੋਕਸਿੰਗ ਕਰਾਂਗੇ। ਅਤੇ ਜੇ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੇ, ਵੀਡੀਓ ਵਧੀਆ ਲੱਗੇ, ਤਾਂ ਵੀਡੀਓ ਨੂੰ ਪੂਰਾ ਦੇਖਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਅਤੇ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਐਮਾਜ਼ੋਨ 'ਚ ਜੋਬ ਕਿੱਦਾਂ ਲੱਗਦੀ ਆ, ਪਲੇਸਮੈਂਟ ਕਿੱਦਾਂ ਮਿਲਦੀ ਆ, ਕੀ ਪ੍ਰੋਸੀਜਰ ਹੈ, ਕਿਹੜੀ ਸਾਈਟ 'ਤੇ ਅਪਲਾਈ ਕਰਨਾ, ਕਦੋਂ ਅਪਲਾਈ ਕਰਨਾ, ਜੋਬ ਪੋਰਟਲ ਕਦੋਂ ਖੁੱਲ੍ਹਦੇ ਆ, ਅਤੇ ਕੀ ਪ੍ਰੋਸੀਜਰ ਆ, ਇੰਟਰਵਿਊ ਹੁੰਦਾ, ਐਗਜ਼ਾਮ ਹੁੰਦਾ, ਉਹਨਾਂ ਦੀ ਤਿਆਰੀ ਕਿੱਥੋਂ ਕਰਨੀ ਹੈ, ਜੇ ਇਹ ਸਭ ਚੀਜ਼ਾਂ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਮੈਨੂੰ ਇਸੇ ਵੀਡੀਓ ਥੱਲੇ ਕਮੈਂਟ ਕਰਕੇ ਦੱਸਿਓ। ਮੈਂ ਕੋਸ਼ਿਸ਼ ਕਰਾਂਗਾ ਕਿ ਇੱਕ ਨੈਕਸਟ ਵਲੌਗ ਬਣਾਵਾਂ ਇਸੇ ਵੀਡੀਓ ਇਸੇ ਟੌਪਿਕ 'ਤੇ, ਅਤੇ ਜਿਹਦੇ ਵਿੱਚ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਸ਼ੇਅਰ ਕਰੂੰਗਾ ਕਿ ਐਮਾਜ਼ੋਨ 'ਚ ਜੋਬ ਕਿੱਦਾਂ ਲੱਗਦੀ ਆ ਅਤੇ ਕੀ ਪ੍ਰੋਸੀਜਰ ਆ। ਇਹਦੇ ਨਾਲ ਹੀ ਆਪਾਂ ਹੁਣ ਬਹੁਤਾ ਟਾਈਮ ਵੇਸਟ ਨਹੀਂ ਕਰਦੇ ਅਤੇ ਅਨਬੋਕਸਿੰਗ ਸ਼ੁਰੂ ਕਰਦੇ ਹਾਂ। ਹਾਂਜੀ, ਜਿੱਦਾਂ ਕਿ ਤੁਸੀਂ ਦੇਖ ਹੀ ਸਕਦੇ ਹੋ ਮੇਰੇ ਅੱਗੇ 3 ਬੋਕਸ ਪਏ ਨੇ। ਆਹ ਵੱਡਾ ਬੋਕਸ ਹੈ ਜੀ, ਆਹ ਮੀਡੀਅਮ ਸਾਈਜ਼ ਦੇ ਛੋਟਾ ਬੋਕਸ, 3 ਬੋਕਸ ਆਏ ਆ ਮੈਨੂੰ ਜੋ ਕਿ ਵੈਲ ਪੈਕਡ ਨੇ, ਚੰਗੀ ਤਰ੍ਹਾਂ ਸੀਲ ਪੈਕ ਕੀਤੇ ਹੋਏ ਆ। ਜਿੱਦਾਂ ਕਿ ਤੁਹਾਨੂੰ ਪਤਾ ਅੱਜ ਕੱਲ੍ਹ ਮੌਸਮ ਥੋੜ੍ਹਾ ਖਰਾਬ ਚੱਲ ਰਿਹਾ, ਬਾਰਿਸ਼ ਵਗੈਰਾ, ਤਾਂ ਉਸ ਹਿਸਾਬ ਨਾਲ ਚੰਗੀ ਤਰ੍ਹਾਂ ਪੈਕ ਕਰਕੇ ਕੰਪਨੀ ਨੇ ਆਹ ਸਮਾਨ ਭੇਜਿਆ। ਨਾਲ ਹੀ ਬੋਕਸਿਸ ਦੇ ਉੱਤੇ ਫਰਜ਼ਾਇਲ ਮਟੀਰੀਅਲ ਦੇ ਟੈਗਸ ਲੱਗੇ ਨੇ, ਤੁਸੀਂ ਦੇਖ ਸਕਦੇ ਹੋ, ਆਈ ਥਿੰਕ ਤੁਹਾਨੂੰ ਦੇਖ ਹੀ ਰਿਹਾ ਹੋਏਗਾ, ਅਤੇ ਟੈਗਸ ਲੱਗੇ ਨੇ। ਨਾਲ ਹੀ ਮੈਂ ਦੇਖ ਸਕਦਾ ਕਿ ਇਹਦੇ 'ਤੇ ਇੰਡੀਗੋ ਫਲਾਈਟ ਦਾ ਵੀ ਟੈਗ ਲੱਗਿਆ। ਮੈਨੂੰ ਜਿੰਨਾ ਕੁ ਪਤਾ ਲੱਗਿਆ ਜਾਂ ਇਨਫੋਰਮੇਸ਼ਨ ਮਿਲੀ ਹੈ ਉਹਦੇ ਅਕੋਰਡਿੰਗ, ਇਹ ਫਲਾਈਟ 'ਤੇ ਮੁੰਬਈ ਤੋਂ ਚੰਡੀਗੜ੍ਹ ਤੱਕ ਫਲਾਈਟ 'ਤੇ ਆਏ ਆ, ਉਦੋਂ ਬਾਅਦ ਕੋਰੀਅਰ ਥਰੂ ਮੇਰੇ ਘਰ ਪਹੁੰਚੇ ਆ। ਹੁਣ ਆਪਾਂ ਕਰੀਏ ਇਹਨਾਂ ਦੀ ਅਨਬੋਕਸਿੰਗ। ਨਾਲ ਹੀ ਆਈ ਥਿੰਕ ਸਭ ਤੋਂ ਪਹਿਲਾਂ ਆਪਾਂ ਨੂੰ ਛੋਟਾ ਬੋਕਸ ਖੋਲ੍ਹਣਾ ਚਾਹੀਦਾ। ਇਹਦੇ 'ਤੇ ਇੱਕ ਇਹਨਾਂ ਨੇ ਸਲਿੱਪ ਲਾਈ ਆ ਜਿਹਦੇ 'ਤੇ ਲਿਖਿਆ ਹੋਇਆ ਕਿ ਇਸ ਛੋਟੇ ਬੋਕਸ ਦੇ ਵਿੱਚ ਕੀ ਕੁਛ ਸਮਾਨ ਹੈ। ਮੈਨੂੰ ਤਾਂ ਚਲੋ ਪੜ੍ਹ ਕੇ ਪਤਾ ਲੱਗ ਹੀ ਗਿਆ, ਅਤੇ ਤੁਹਾਨੂੰ ਮੈਂ ਹੁਣ ਖੋਲ੍ਹ ਕੇ ਦਿਖਾਉਂਦਾ ਕਿ ਇਹਦੇ ਵਿੱਚ ਕੀ ਕੁਛ ਸਮਾਨ ਨਿਕਲਿਆ। ਦੇਖ ਸਕਦੇ ਹੋ ਤੁਸੀਂ ਪ੍ਰੋਡਕਟਸ, ਇਹ ਹੈਡਫੋਨਸ ਨੇ, ਅਤੇ ਆਈ ਥਿੰਕ ਇਹ ਜ਼ੈਬਰਾ ਬ੍ਰਾਂਡ ਆ ਜੋ ਕਿ ਇੱਕ ਵਧੀਆ ਬ੍ਰਾਂਡ ਆ। ਇਹਦੇ ਪ੍ਰੋਡਕਟਸ ਥੋੜ੍ਹੇ ਐਕਸਪੈਂਸਿਵ ਚੀਜ਼ਾਂ ਹੁੰਦੀਆਂ,
ਤੇ ਜੋ ਈਅਰਫੋਨ ਨੇ ਉਹ ਬੋਕਸ 'ਚ ਨਹੀਂ ਆ ਪਰ ਬ੍ਰਾਂਡ ਨਿਊ ਬਿਲਕੁਲ ਨਵੇਂ ਆ, ਅਨਟੱਚ ਹੈੱਡਫੋਨ ਨੇ ਜਾਬਰਾ ਬ੍ਰਾਂਡ ਦੇ, ਜੋ ਕਿ ਇੱਕ ਵਧੀਆ ਬ੍ਰਾਂਡ ਆ। ਨਾਲ ਹੀ ਇਹ ਵਾਈਫਾਈ ਨਾਲ ਅਟੈਚ ਕਰਨ ਲਈ, ਕੰਪਿਊਟਰ ਨੂੰ ਅਟੈਚ ਕਰਨ ਲਈ ਉਹ ਕੇਬਲ ਦਿੱਤੀ ਇਹਨਾਂ ਨੇ, ਤੇ ਇਹ ਵੀ ਇੱਕ ਕੇਬਲ ਦਿੱਤੀ ਅਡੈਪਟਰ ਦੇ ਨਾਲ, ਤੇ ਇਹ ਪੀਸੀ ਨੂੰ ਔਨ ਕਰਨ ਵਾਸਤੇ ਇੱਕ ਵਾਇਰ ਆ, ਜੋ ਕਿ ਆਪਾਂ ਨੂੰ ਆ ਛੋਟੇ ਬਾਕਸ ਦੇ ਵਿੱਚੋਂ ਨਿਕਲੀਆਂ। ਚਾਰ ਚੀਜ਼ਾਂ ਨਿਕਲੀਆਂ, ਤੁਸੀਂ ਦੇਖ ਸਕਦੇ ਹੋ, ਅਡੈਪਟਰ ਹੈ, ਵਾਇਰ ਹੈ, ਹੈੱਡਫੋਨਸ ਨੇ, ਤੇ ਵਾਈਫਾਈ ਨਾਲ ਕਨੈਕਟ ਕਰਨ ਲਈ ਇਹ ਲਿੰਕ ਹੈ। ਤੇ ਹੁਣ ਆਪਾਂ ਜੀ ਆਹ ਮੀਡੀਅਮ ਸਾਈਜ਼ ਬਾਕਸ ਹੈ ਜਿਹੜਾ, ਇਹਦੀ ਅਨਬਾਕਸਿੰਗ ਕਰਦੇ ਹਾਂ, ਦੇਖਦੇ ਹਾਂ ਇਹਦੇ ਵਿੱਚੋਂ ਕੀ ਨਿਕਲਦਾ। ਕਿੱਥੋਂ ਕਰੀਏ, ਇੱਥੋਂ ਕਰ ਦਿੰਦੇ ਹਾਂ। ਇਹਦੇ 'ਚ ਖਾਸ ਇਹ ਥੋੜ੍ਹੀ ਜਿਹੀ ਪੈਕੇਜਿੰਗ 'ਚ ਇਹ ਨਿਕਲੇ ਆ ਜੀ ਵਿੱਚੋਂ, ਇਹ ਹੁੰਦਾ ਜੀ ਸੀਪੀਯੂ। ਆਪਾਂ ਤਾਂ ਨੋਰਮਲੀ ਦੇਖੇ ਹੋਣੇ ਤੁਸੀਂ ਵੱਡੇ ਸਾਈਜ਼ ਦੇ ਸੀਪੀਯੂ ਪਏ ਹੁੰਦੇ ਆ ਘਰ, ਜਿਹੜੇ ਕੰਪਿਊਟਰ ਨਾਲ ਅਟੈਚਡ ਹੁੰਦੇ ਆ। ਅੱਜ ਕੱਲ੍ਹ ਥੋੜ੍ਹੇ ਐਡਵਾਂਸ ਹੋ ਗਿਆ ਕੰਮ, ਟੈਕਨੋਲੋਜੀ ਅੱਗੇ ਵੱਧ ਗਈ ਆ, ਤਾਂ ਆਪਾਂ ਨੂੰ ਇਹਦੇ 'ਚ ਇਹਨਾਂ ਨੇ ਲਿਨੋਵੋ ਦਾ ਸੀਪੀਯੂ ਸੈਂਡ ਕੀਤਾ, ਜੋ ਕਿ ਇਹ ਸਿੱਧਾ ਕੰਪਿਊਟਰ ਦੀ ਜੋ ਸਕਰੀਨ ਹੁੰਦੀ ਆ ਆਪਣੀ, ਡਿਸਪਲੇ ਮੋਨੀਟਰ, ਉਹਦੇ ਪਿੱਛੇ ਅਟੈਚ ਹੋ ਜਾਂਦਾ, ਤਾਂ ਆਪਾਂ ਨੂੰ ਸਾਈਡ 'ਤੇ ਬਹੁਤੀ ਜਗ੍ਹਾ ਦੀ ਕੋਈ ਲੋੜ ਨਹੀਂ ਪੈਂਦੀ। ਇਹ ਵੀ ਬਿਲਕੁਲ ਬ੍ਰੈਂਡ ਨਿਊ ਆ, ਅਨਟੱਚਡ ਆ, ਲਿਨੋਵੋ ਕੰਪਨੀ ਦਾ ਸੀਪੀਯੂ ਆਇਆ ਜੀ। ਤੇ ਹੋਰ ਇਸ ਬਾਕਸ ਦੇ ਵਿੱਚ ਇੱਕ ਆਹ ਡੈੱਲ ਕੰਪਨੀ ਦਾ ਜਮਾਂ ਬ੍ਰੈਂਡ ਨਿਊ ਮਾਊਸ ਨਿਕਲਿਆ ਜੀ, ਦੇਖ ਸਕਦੇ ਹੋ ਤੁਸੀਂ, ਜਮਾਂ ਬਿਲਕੁਲ ਬ੍ਰੈਂਡ ਨਿਊ ਆ, ਸੀਲ ਪੈਕਡ ਆ। ਐਂਡ ਇਹਦੇ ਨਾਲ ਹੀ ਇੱਕ ਚੀਜ਼ ਹੋਰ ਹੈ ਇਹਦੇ ਵਿੱਚ, ਔਰ ਤੁਸੀਂ ਦੇਖ ਸਕਦੇ ਹੋ ਵੀ ਡੈੱਲ ਕੰਪਨੀ ਦਾ ਹੀ ਇੱਕ ਵਧੀਆ ਬ੍ਰੈਂਡ ਨਿਊ ਕੀਬੋਰਡ ਵੀ ਵਿੱਚੋਂ ਹੀ ਨਿਕਲਿਆ ਇਹਦੇ ਵਿੱਚੋਂ ਹੀ। ਤੇ ਇਹਦੀ ਅਨਬੋਕਸਿੰਗ ਵੀ ਕਰ ਦਈਏ ਤੁਹਾਡੇ ਅੱਗੇ ਹੀ। ਇਹ ਵਾਇਰਡ ਕੀਬੋਰਡ ਹੈ, ਕੀ ਕਹਿੰਦੇ, ਦੇਖ ਸਕਦੇ ਹੋ ਤੁਸੀਂ, ਵਾਇਰਡ ਕੀਬੋਰਡ ਹੈ। ਅੱਜ ਕੱਲ੍ਹ ਜੋ ਬਲੂਟੂਥ ਵਾਲੇ ਚੱਲ ਰਹੇ ਉਹ ਨਹੀਂ ਭੇਜਿਆ ਕੰਪਨੀ, ਉਹ ਚੀਜ਼ਾਂ ਨੂੰ ਪ੍ਰੈਫਰ ਨਹੀਂ ਕਰਦੀ, ਤਾਂ ਮਾਊਸ ਵੀ ਕੀਬੋਰਡ ਵੀ ਦੋਨੋਂ ਵਾਇਰਡ ਹੈ ਜੀ। ਮਾਊਸ ਦੀ ਤਾਂ ਕੀ ਅਨਬੋਕਸਿੰਗ ਦਿਖਾਈਏ ਤੁਹਾਨੂੰ, ਤੁਹਾਨੂੰ ਪਤਾ ਹੀ ਹੈ। ਤੇ ਹੁਣ ਆਪਾਂ ਜੋ ਸਭ ਤੋਂ ਵੱਡਾ ਬਾਕਸ ਹੈ, ਲਾਸਟ ਬਾਕਸ, ਆਈ ਥਿੰਕ ਤੁਹਾਨੂੰ ਆਈਡੀਆ ਹੋ ਹੀ ਗਿਆ ਹੋਣਾ ਕਿ ਇਹਦੇ ਵਿੱਚ ਕੀ ਹੋ ਸਕਦਾ, ਤੇ ਹੁਣ ਆਪਾਂ ਇਹਦੀ ਸ਼ੁਰੂ ਕਰਦੇ ਹਾਂ ਜੀ। ਤੇ ਹੁਣ ਜੀ ਵੱਡਾ ਬਾਕਸ, ਓਕੇ, ਇਹਦੇ 'ਚ ਆਪਾਂ ਨੂੰ ਨਿਕਲਿਆ ਜੀ ਕਹਿੰਦੇ ਮੋਨੀਟਰ। ਇਹਦੇ 'ਚ ਆਪਾਂ ਨੂੰ ਨਿਕਲਿਆ ਮੋਨੀਟਰ, ਜੋ ਕਿ ਬਿਲਕੁਲ ਬ੍ਰੈਂਡ ਨਿਊ ਮੋਨੀਟਰ ਹੈ, ਤੇ ਮੈਂ ਦਿਖਾਉਂਦਾ ਤੁਹਾਨੂੰ। ਇਹ ਬੇਸ ਹੈ ਜੀ ਜਿਹਦੇ 'ਤੇ ਮੋਨੀਟਰ ਲੱਗੇਗਾ, ਤੇ ਇਹ ਸਪੋਰਟ ਹੈ, ਇਹ ਜੋ ਕਿ ਇਹ ਬੇਸ 'ਤੇ ਇੱਦਾਂ ਲੱਗ ਜਾਏਗਾ, ਅਤੇ ਮੋਨੀਟਰ ਇੱਥੇ ਫਿੱਟ ਹੋ ਜਾਏਗਾ। ਹੁਣ ਤੁਹਾਨੂੰ ਮੈਂ, ਅਤੇ ਇੱਕ ਇਹਨਾਂ ਨੇ ਆਹ ਚੀਜ਼ ਵਧੀਆ ਕੀਤੀ ਹੈ, ਜੋ ਬੇਸ ਹੈ ਉਹਦੇ 'ਚ ਉਹਨਾਂ ਨੇ ਇੱਥੇ ਸਲੋਟ ਦਿੱਤਾ ਹੈ, ਵੀ ਇਹਦੇ 'ਚ ਆਪਾਂ ਆਪਣਾ ਫੋਨ ਵਗੈਰਾ ਰੱਖ ਕੇ ਉਹ ਵੀ ਯੂਜ਼ ਕਰ ਸਕਦੇ, ਜੇ ਫੋਨ ਯੂਜ਼ ਤਾਂ ਚਲੋ ਕੀ ਕਰਨਾ, ਬਾਕੀ ਉਹਨਾਂ ਨੇ ਸਪੋਰਟ ਦਿੱਤੀ, ਆਪਸ਼ਨ ਦਿੱਤੀ ਹੈ, ਜੇ ਆਪਾਂ ਫੋਨ ਰੱਖਣਾ ਤਾਂ ਉਹ ਵੀ ਇੱਥੇ ਰੱਖ ਸਕਦੇ ਹਾਂ। ਅਤੇ ਹੁਣ ਆਪਾਂ ਕੱਢੀਏ ਜੀ ਮੋਨੀਟਰ। ਮੈਨੂੰ ਇਹ ਆਈਡੀਆ ਨਹੀਂ ਸੀ, ਮੈਨੂੰ ਲੱਗਦਾ ਸੀ ਕਿ ਕੀ ਪਤਾ ਸੈਕਿੰਡ ਹੈਂਡ ਸਮਾਨ ਭੇਜਣ ਜਾਂ ਜੋ
ਜੋ ਕੋਈ ਬੰਦਾ ਜੋਬ ਛੱਡਦਾ ਹੋਊਗਾ ਉਹਦਾ ਯੂਜ਼ ਕੀਤਾ ਸਮਾਨ ਅਗਲੇ ਇੰਪਲੋਈ ਨੂੰ ਦਿੰਦੇ ਹੋਣ, ਪਰ ਬਹੁਤ ਵਧੀਆ ਗੱਲ ਹੈ ਕਿ ਜਮਾਂ ਬ੍ਰੈਂਡ ਨਿਊ ਸਮਾਨ ਉਹਨਾਂ ਨੇ ਦਿੱਤਾ ਸਾਰਾ। ਆਹ ਲਿਨੋਵੋ ਦੀ ਹੀ ਸਕਰੀਨ ਆਈ ਹੈ ਜੀ ਵੱਡੀ, ਆਈ ਥਿੰਕ ਇਹ ਹੋਣੀ ਹੈ 30-30, 28-30 ਇੰਚ ਜਮਾਂ ਬ੍ਰੈਂਡ ਨਿਊ ਸਕਰੀਨ ਹੈ ਜੀ, ਤੁਸੀਂ ਚੈੱਕ ਕਰ ਸਕਦੇ ਹੋ ਜਮਾਂ ਬ੍ਰੈਂਡ ਨਿਊ। ਅਤੇ ਇੱਕ ਜੋ ਮੈਂ ਤੁਹਾਨੂੰ ਦੱਸਿਆ ਸੀ CPU ਅੱਜ ਕੱਲ੍ਹ ਨਹੀਂ ਆਉਂਦੇ, ਤਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਅਜੇ ਫੋਕਸ ਕਰ ਰਿਹਾ ਕੈਮਰਾ, ਤਾਂ ਇਹਦੇ ਪਿੱਛੇ ਆ ਤੁਸੀਂ ਸਲੋਟ ਦੇਖਿਆ ਜੋ ਮੈਂ ਤੁਹਾਨੂੰ ਖੜੇ ਹੋ ਕੇ ਦਿਖਾਉਣਾ, ਆਹ ਸਲੋਟ ਇਹਦੇ ਵਿੱਚ ਉਹ CPU ਫਿੱਟ ਹੋ ਜਾਂਦਾ। ਆਹ ਲਾ ਇਹ ਜੋ CPU ਆ ਇਹਦੇ ਵਿੱਚ ਫਿੱਟ ਹੋ ਜਾਏਗਾ, ਅਤੇ CPU ਦੀ ਹੁਣ ਵੱਡੇ CPU ਦੀ ਲੋੜ ਨਹੀਂ, ਤਾਂ ਛੋਟਾ ਟੇਬਲ ਹੋਵੇ ਉਹਦੇ ਨਾਲ ਵੀ ਸਰ ਜੂਗਾ। ਅਤੇ ਇੱਕ ਵਾਰੀ ਹੁਣ ਮੈਂ ਤੁਹਾਨੂੰ ਸਾਰਾ ਸਮਾਨ ਇਕੱਠਾ ਦਿਖਾ ਦਿੰਦਾ ਵਾਂ, ਅਤੇ ਥੋੜ੍ਹਾ ਜਿਹਾ ਮੈਂ ਇੱਕ ਮਿੰਟ ਐਡਜਸਟ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਂਦਾ। ਹਾਂ ਹਾਂਜੀ ਗਾਇਜ਼, ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਡੈੱਲ ਦਾ ਇੱਕ ਮਾਊਸ ਆਇਆ ਜੋ ਕਿ ਵਾਇਰਡ ਮਾਊਸ ਹੈ, ਨਾਲ ਜ਼ਾਬਰਾ ਦੇ ਹੈੱਡਫੋਨਸ ਨੇ, ਇੱਕ ਲਿਨੋਵੋ ਦੀ ਡਿਸਪਲੇ ਹੈ, ਲਿਨੋਵੋ ਦਾ ਹੀ CPU ਹੈ, ਕੁਛ ਕੇਬਲਸ ਨੇ, ਇਹ D-Link ਦੀ ਵਾਇਰ ਹੈ ਜੋ ਕਿ ਕੰਪਿਊਟਰ ਅਤੇ ਵਾਈਫਾਈ ਨਾਲ ਅਟੈਚ ਹੋ ਜਾਊਗੀ, ਅਤੇ ਇਹ ਕੀਬੋਰਡ ਹੈ ਜੀ ਡੈੱਲ ਦਾ। ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਕਿ ਇਹਨਾਂ ਨੇ ਇੱਕ ਨਾਲ ਸਿਕਿਉਰਿਟੀ ਕੀ ਵੀ ਭੇਜੀ ਆ, ਤੁਸੀਂ ਦੇਖ ਸਕਦੇ ਹੋ ਜੇ ਫੋਕਸ ਕਰ ਰਿਹਾ ਹੋਊਗਾ ਫੋਨ, ਇਹ ਸਿਕਿਉਰਿਟੀ ਕੀ ਹੈ ਨਿੱਕੀ ਜੀ, ਆਹ ਦੇਖ ਸਕਦੇ ਹੋ ਤੁਸੀਂ, ਇੱਕ ਤਰ੍ਹਾਂ ਦੀ ਚਾਬੀ ਹੈ ਜੋ ਕਿ ਸਿਸਟਮ ਦੇ ਵਿੱਚ ਲੱਗੂਗੀ, ਫਿਰ ਹੀ ਇਹਨਾਂ ਦਾ ਸਿਸਟਮ ਸਟਾਰਟ ਹੋਊਗਾ, ਫਿਰ ਹੀ ਕੰਪਿਊਟਰ ਸਟਾਰਟ ਹੋਊਗਾ, ਇਹਦੇ ਨਾਲ ਹੀ ਸਿਸਟਮ ਸਾਰਾ ਔਨ ਹੋਊਗਾ, ਇਹਦੇ ਨਾਲ ਹੀ ਔਫ ਹੋਊਗਾ, ਇਹਦੇ ਬਿਨਾਂ ਇਹ ਕੰਪਿਊਟਰ ਨਹੀਂ ਚੱਲਣਾ। ਅਤੇ ਇਹ ਸੀਗੀ ਜੀ ਛੋਟੀ ਜਿਹੀ ਇਨਫੋਰਮੇਸ਼ਨ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ, ਅਤੇ ਸ਼ੇਅਰ ਕਰਕੇ ਵਧੀਆ ਲੱਗਿਆ, ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ, ਇਨਫੋਰਮੇਟਿਵ ਲੱਗੀ ਹੋਊਗੀ, ਜੇ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਅਤੇ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਜੋਬ ਕਿੱਦਾਂ ਲੱਗੀ, ਕਿੱਥੇ ਅਪਲਾਈ ਕਰਨਾ, ਕਿਹੜੀ ਸਾਈਟ ਹੈ, ਅਤੇ ਕਿੰਨਾ ਟਾਈਮ ਲੱਗਦਾ, ਕੁਐਸਚਨ ਕੀ ਪੁੱਛਦੇ ਆ, ਪੇਪਰ 'ਚ ਕੀ ਆਉਂਦਾ, ਇੰਟਰਵਿਊ 'ਚ ਕੀ ਪੁੱਛਦੇ ਆ, ਤਾਂ ਕਮੈਂਟ ਕਰਿਓ, ਮੈਂ ਇੱਕ ਨਵਾਂ ਵਲੌਗ ਬਣਾਊਂਗਾ, ਉਹ 'ਚ ਤੁਹਾਨੂੰ ਪੂਰੀ ਜਾਣਕਾਰੀ ਦਊਂਗਾ, ਪੂਰੀ ਇਨਫੋਰਮੇਸ਼ਨ ਦਊਂਗਾ। ਇਹਦੇ ਨਾਲ ਜੀ ਸ਼ੁਕਰੀਆ, ਥੈਂਕ ਯੂ ਸੋ ਮੱਚ।